ਹਾਂਜੀ ਵੀਰੋ ਤੁਹਾਡਾ ਆਪਣੇ YouTube ਚੈਨਲ ਹਰਿਆਣਾ ਟਰੈਕਟਰ ਬਾਜ਼ਾਰ ਤੇ ਸਵਾਗਤ ਕੀਤਾ ਜਾਂਦਾ ਹੈ। ਪਹਿਲਾਂ ਆਪਣੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਹੀ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਆਪਣੀ ਹਰ ਨਵੀਂ ਤੋਂ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੇ ਪਹੁੰਚ ਸਕੇ। ਜੇ ਤੁਸੀਂ ਕਿਸੇ ਵੀ ਸਾਧਨ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਇਸ ਹੈਲਪਲਾਈਨ ਨੰਬਰ ਤੇ ਸਾਧਨ ਦੀ ਚਾਰ ਤੋਂ ਪੰਜ ਫੋਟੋਆਂ ਭੇਜ ਕੇ ਬਾਕੀ ਬੰਦੀ ਲੋੜੀ ਦੀ ਜਾਣਕਾਰੀ ਦੇ ਕੇ ਤੁਸੀਂ ਆਪਣੀ ਫ੍ਰੀ ਐਡ ਲਗਵਾ ਸਕਦੇ ਹੋ। ਆਪਣਾ ਕੋਈ ਵੀ ਕਮਿਸ਼ਨ ਨਹੀਂ। ਬਿਲਕੁਲ ਫ੍ਰੀ ਦੇ ਵਿੱਚ ਐਡ ਲਗਵਾ ਸਕਦੇ ਹੋ। ਹਾਂਜੀ ਵੀਰੋ ਅੱਜ ਆਪਾਂ ਤੁਹਾਡੇ ਲਈ ਸਟੇਲੀ ਲੈ ਕੇ ਆਏ ਜੀ। ਮਹਿੰਦਰਾ 575 ਡੀਏ ਟਰੈਕਟਰ ਸੇਲੀ ਹੈ ਜੀ ਮਾਡਲ ਦੀ ਗੱਲ ਕਰ ਲਈਏ ਤਾਂ 2002 ਦੇ ਵਿੱਚ ਟਰੈਕਟਰ ਆਇਆ ਹੋਇਆ ਹੈ 2002 ਮਾਡਲ ਹੈ ਟਰੈਕਟਰ ਦੇ ਰੰਗ ਪੇਂਟ ਦੀ ਗੱਲ ਕਰ ਲਈਏ ਤਾਂ ਨਾਲ ਦਾ Ориਜਨਲ ਪੱਕਾ ਰੰਗ ਪੇਂਟ ਹੈ ਕਿਸੇ ਵੀ ਪਾਰਟ ਨੂੰ ਟਰੈਕਟਰ ਤੇ ਨੂੰ ਰੰਗ ਪੇਂਟ ਨਹੀਂ ਹੋਇਆ ਫੁੱਲ ਹੋ ਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਚੱਲਦਾ ਹੈ ਬਾਕੀ ਇੰਜਨ ਗੇਅਰ ਲਿਫਟ ਪੰਪ ਦੀ ਪੂਰੀ ਫੁੱਲ ਗਾਰੰਟੀ ਹੈ ਮਾਲਕ ਵੀਰ ਦੀ ਮੌਕੇ ਤੇ ਵਾਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਟਰੈਕਟਰ ਸਿੰਪਲ ਸਟੀering ਡਵੜ ਕਲਾਚ ਦੇ ਸੈਂਟਰ ਗੇਅਰ ਦੇ ਨਾਲ ਹੈ ਬਾਕੀ ਟਾਇਰਾਂ ਦੀ ਗੱਲ ਕਰ ਲਈ ਤਾਂ ਜੋ ਟਰੈਕਟਰ ਦੇ ਟਾਇਰ ਨੇ ਉਹ ਨਾਲ ਦੇ ਟਾਇਰ ਨੇ ਜੋ ਕਿ 75 ਕ ਪੈਸੇ ਪਏ ਨੇ ਬਾਕੀ ਫੋਟੋਸ ਤੇ ਗ੍ਰੀਨ ਉੱਤੇ ਸ਼ੂਰੀ ਨੇ ਤੁਸੀਂ ਦੇਖ ਸਕਦੇ ਹੋ ਕਿ ਤੂੰ ਵੀ ਕੋਈ ਗੜਾ ਸੜਾ ਨਹੀਂ ਕਿ ਤੂੰ ਵੀ ਕੋਈ ਰੰਗ ਪੇਂਟ ਲਿਹਾ ਨਹੀਂ ਬਾਕੀ ਮਾਲਕ ਵੀਰ ਦਾ ਜੋ ਏਰੀਆ ਹੈ ਉਤਾਰਨ ਤਾਰ ਏਰੀਆ ਹੈ ਜਿੱਥੇ ਇਹ ਟਰੈਕਟਰ ਖੜਾ ਹੈ ਲੋਡ ਕਰਕੇ ਟਰੈਕਟਰ ਬਕਾਉ ਹੈ ਜੀ ਮਾਲਕ ਵੀਰ ਨੇ ਜੋ ਟਰੈਕਟਰ ਦੀ ਡਿਮਾਂਡ ਰੱਖੀ ਹੈ ਉਰਕੀਏ 2 ਲੱਖ ਤੇ 60000 ਰੁਪਏ ਪੰਜਾਬ ਨੰਬਰ ਟਰੈਕਟਰ ਹੈ ਮਾਰਕੀ ਬੀਲ ਦਾ ਨੰਬਰ ਸਕਰੀਨ ਉੱਤੇ ਸ਼ੋਅ ਹੋ ਰਿਹਾ ਤੁਸੀਂ ਕਾਗਜ਼ ਪੱਤਰ ਚੈੱਕ ਕਰਕੇ ਦਸੱਲੀ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ